ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਮੀਡੀਅਮ ਚੈਨਲ ਦੇ ਵਿੱਚ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, PAAA+B ਜਿਸ ਦਾ ਪੇਪਰ 2018 ਦੇ ਵਿੱਚ 6 ਮਈ ਨੂੰ ਹੋਇਆ ਸੀਗਾ ਅਤੇ ਉਸਦਾ ਜਿਹੜਾ ਟਾਈਪਿੰਗ ਟੈਸਟ ਸੀਗਾ ਉਹ ਅਗਸਤ ਮਹੀਨੇ ਦੇ ਵਿੱਚ ਹੋਇਆ ਸੀਗਾ। ਦੋਸਤੋ, ਉਸਦਾ ਰਿਜ਼ਲਟ ਆ ਚੁੱਕਿਆ ਸੀਗਾ। ਜਿਹੜੇ ਉਮੀਦਵਾਰ ਨੇ ਜਿਨ੍ਹਾਂ ਨੇ ਟਾਈਪਿੰਗ ਟੈਸਟ ਕਲੀਅਰ ਕੀਤਾ ਹੈ ਅਤੇ ਉਸ ਤੋਂ ਬਾਅਦ ਹੁਣ ਦੋਸਤੋ ਉਹਨਾਂ ਨੇ PAAA+B ਵਾਲਿਆਂ ਨੇ ਕਲਰਕ, ਜੂਨੀਅਰ ਸਕੇਲ ਸਟੈਨੋਗ੍ਰਾਫਰ ਅਤੇ ਉਸ ਤੋਂ ਬਿਨਾਂ ਟਾਈਪਿਸਟ, ਇਹਨਾਂ ਤਿੰਨਾਂ ਦੇ ਬਾਰੇ ਦੇ ਵਿੱਚ ਇੰਪੋਰਟੈਂਟ ਨੋਟੀਫਿਕੇਸ਼ਨਾਂ ਦਿੱਤੀਆਂ ਹਨ। ਦੋਸਤੋ, ਇਹ ਪਿਛਲੇ 1-2 ਦਿਨਾਂ ਦੇ ਵਿੱਚ 3 ਨੋਟੀਫਿਕੇਸ਼ਨ ਆਈਆਂ ਨੇ। ਇਹ ਤਿੰਨ ਦੀਆਂ ਤਿੰਨੇ ਬਹੁਤ ਜ਼ਰੂਰੀ ਹਨ, ਇਸ ਕਰਕੇ ਤੁਸੀਂ ਇਹ ਨੋਟੀਫਿਕੇਸ਼ਨਸ ਇੱਕ ਵਾਰ ਤੁਸੀਂ ਜ਼ਰੂਰ ਦੇਖ ਲਵੋ ਇਸ ਸਾਈਟ ਦੇ ਉੱਪਰ, PAAA+B.gov.in ਇਹ ਸਾਈਟ ਦਾ ਨਾਮ ਆ। ਅਤੇ ਦੋਸਤੋ, ਮੈਂ ਤੁਹਾਨੂੰ ਇਹ ਤਿੰਨੇ ਜਿਹੜੀਆਂ ਨੋਟੀਫਿਕੇਸ਼ਨ ਨੇ ਇਹਨਾਂ ਦੇ ਜਿਹੜੇ ਲਿੰਕ ਨੇ ਮੈਂ ਆਪਣੀ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੇਵਾਂਗਾ। ਦੋਸਤੋ, ਜਿਹੜੇ ਇਹ ਤਿੰਨ ਦੇ ਤਿੰਨੋਂ ਲਿਸਟਾਂ ਦੱਸੀਆਂ ਗਈਆਂ ਪਾਈਆਂ ਉਹਨਾਂ ਨੇ PAAA+B ਸਾਈਟ ਨੇ, ਉਹ ਮੈਂ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਦੇਣਾ ਚਾਹੁੰਦਾ ਕਿ ਕੀ ਹਨ ਇਹ ਤਿੰਨ ਨੋਟੀਫਿਕੇਸ਼ਨ। ਸਭ ਤੋਂ ਪਹਿਲਾਂ ਆਪਾਂ ਜਿਹੜੀ ਕਿ ਕਲਰਕ 2/4/2016 ਦੀ ਪੋਸਟ ਹੈ ਉਸ ਦੇ ਬਾਰੇ ਦੇ ਵਿੱਚ ਗੱਲ ਕਰਦੇ ਹਾਂ। ਦੋਸਤੋ, ਇਹਨਾਂ ਦਾ ਜਿਹੜਾ ਰਿਜ਼ਲਟ ਸੀਗਾ ਉਹ ਪਹਿਲਾਂ ਆ ਚੁੱਕਿਆ ਸੀਗਾ, ਮਤਲਬ ਕਿ ਸਾਰੇ ਦੇ ਸਾਰੇ ਕੈਂਡੀਡੇਟਸ ਜਿਨ੍ਹਾਂ ਨੇ ਇਹ ਟੈਸਟ ਪਾਸ ਕੀਤਾ ਸੀਗਾ, 4279 ਕੈਂਡੀਡੇਟਸ ਉਹਨਾਂ ਦੀ ਲਿਸਟ ਆ ਚੁੱਕੀ ਸੀ। ਦੋਸਤੋ, ਉਹਨਾਂ ਨੂੰ ਕਾਉਂਸਲਿੰਗ ਦੇ ਉੱਪਰ ਵੀ ਬੁਲਾਇਆ ਗਿਆ ਸੀਗਾ, ਪਰ ਦੋਸਤੋ ਜਿਹੜੀਆਂ ਓਪਨ ਕੈਟੇਗਰੀ ਦੇ ਵਿੱਚ ਪੋਸਟਾਂ ਸਨ ਉਹ 700+ ਸਨ, 773 ਦੇ ਆਸ ਪਾਸ ਸਨ। ਦੋਸਤੋ, ਉਹਨਾਂ ਨੇ ਹੁਣ ਜਿਹੜੀ ਇੱਕ ਨਵੀਂ ਲਿਸਟ ਪਾਈ ਹੈ ਜਿਸ ਦੇ ਵਿੱਚ ਸਿਰਫ ਉਹ ਕੈਂਡੀਡੇਟਸ ਹੀ ਦੱਸੇ ਹਨ ਜਿਹੜੇ ਇਸ ਜਿਹੜੇ ਕਿ ਲਿਸਟ ਦੇ ਮੁਤਾਬਿਕ ਪੋਸਟਾਂ ਦੇ ਐਲੀਜੀਬਲ ਬਣਦੇ ਹਨ, ਉਹਨਾਂ ਨੇ ਇਹ ਲਿਸਟ ਪਾਈ ਹੈ। ਦੋਸਤੋ, ਇਹ ਲਿਸਟ ਹੈ ਜਿਹੜੀ ਉਹਨਾਂ ਨੇ ਆਪਣੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਪਾ ਦਿੱਤੀ ਹੈ। ਇਸ ਦੇ ਵਿੱਚ ਉਹਨਾਂ ਨੇ ਕੈਟੇਗਰੀ ਵਾਈਜ਼ ਇਕੱਲੀ ਕੈਟੇਗਰੀ ਦੇ ਜਿੰਨੇ ਜਿੰਨੇ ਉਮੀਦਵਾਰ ਐਲੀਜੀਬਲ ਬਣਦੇ ਹਨ ਪੋਸਟਾਂ ਦੇ ਮੁਤਾਬਿਕ ਉਹਨਾਂ ਦੇ ਨਾਮ ਦੱਸੇ ਹਨ। ਅਤੇ ਸਪੈਸ਼ਲ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਮੀਦਵਾਰਾਂ ਨੂੰ ਥੱਲੇ ਦਿੱਤੀ ਗਈ ਲਿਸਟ ਦੇ ਵਿੱਚ ਕੋਈ ਤਰੁੱਟੀ ਜਾਪਦੀ ਹੈ, ਜਿਵੇਂ ਕਿ ਉਹਨਾਂ ਦੇ ਨਾਮ ਦੇ ਵਿੱਚ ਜਾਂ ਫਿਰ ਉਹਨਾਂ ਦੇ ਡੈਡੀ ਦੇ ਨਾਮ ਦੇ ਵਿੱਚ ਜਾਂ ਫਿਰ ਉਹਨਾਂ ਦੀ ਡੇਟ ਆਫ ਬਰਥ ਜਾਂ ਫਿਰ ਉਹਨਾਂ ਦਾ ਜਿਹੜਾ ਕਿ ਸਟੇਟਸ ਹੈ ਕਿ ਉਹ ਐਬਸੈਂਟ ਸਨ ਜਾਂ ਪ੍ਰੈਜੈਂਟ ਸਨ ਕਾਉਂਸਲਿੰਗ ਟਾਈਮ। ਦੋਸਤੋ, ਇਹ ਸਾਰਾ ਦਾ ਸਾਰਾ ਕੁਝ ਤੁਸੀਂ ਲਿਸਟ ਦੇ ਵਿੱਚ ਚੈੱਕ ਕਰ ਸਕਦੇ ਹੋ ਕਿ ਤੁਸੀਂ ਤੁਹਾਡੀ ਜਿਹੜੀ ਰੈਂਕ ਹੈ ਅਤੇ ਉਹ ਕਿੰਨੀ ਹੈ ਅਤੇ ਉਸ ਦੇ ਮੁਤਾਬਿਕ ਤੁਹਾਡਾ ਨਾਮ ਕੀ ਸਹੀ ਪਾਇਆ ਗਿਆ ਜਾਂ ਫਿਰ ਡੈਡੀ ਦਾ ਨਾਮ ਜਾਂ ਉਸ ਤੋਂ ਬਾਅਦ ਡੇਟ ਆਫ ਬਰਥ, ਕਿਤੇ ਤੁਹਾਡਾ ਜਿਹੜਾ ਸਟੇਟਸ ਹੈ ਉਹ ਕਿਤੇ ਐਬਸੈਂਟ ਸ਼ੋਅ ਤਾਂ ਨਹੀਂ ਹੋ ਰਿਹਾ। ਦੋਸਤੋ, ਤੁਸੀਂ ਸਾਰੇ ਦੇ ਸਾਰਾ ਆਪਣੇ ਲਿਸਟ ਦੇ ਵਿੱਚ ਚੈੱਕ ਕਰ ਲਵੋ। ਦੋਸਤੋ, ਇਹਨਾਂ ਨੇ ਸਪੈਸ਼ਲ ਇਹ ਲਿਖਿਆ ਕਿ ਜਿਹੜੀ 29 ਮਾਰਚ 2019 ਤੱਕ ਜੇਕਰ ਤੁਹਾਨੂੰ ਕੋਈ ਵੀ ਇਸ ਲਿਸਟ ਦੇ ਵਿੱਚ ਆਪਣੇ ਨਾਮ ਦੇ ਵਿੱਚ ਜਾਂ ਡੈਡੀ ਦੇ ਨਾਮ ਦੇ ਵਿੱਚ ਜਾਂ ਡੇਟ ਆਫ ਬਰਥ ਦੇ ਵਿੱਚ ਕੋਈ ਤਰੁੱਟੀ ਜਾਪਦੀ ਹੈ ਤਾਂ 29/3/2019 ਉਹਨਾਂ ਨੇ ਲਾਸਟ ਡੇਟ ਦਿੱਤੀ ਹੈ, ਤੁਸੀਂ ਇਸ ਡੇਟ ਤੋਂ ਪਹਿਲਾਂ ਆਪਣਾ ਜਿਹੜਾ ਕਿ ਨਾਮ ਜਾਂ ਡੇਟ ਜਿਹੜਾ ਵੀ ਤੁਹਾਡੀ ਗਲਤੀ ਹੈ ਉਸ ਨੂੰ ਠੀਕ ਕਰਾ ਲਓ। ਦੋਸਤੋ, ਇਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਕੋਈ ਮੌਕਾ ਨਹੀਂ ਦੇਣਾ। ਅਤੇ ਦੋਸਤੋ, ਜਿਵੇਂ ਕਿ ਇਹ ਕੈਟੇਗਰੀ ਵਾਈਜ਼ ਸਭ ਦੀ ਲਿਸਟ ਦੱਸੀ ਗਈ ਹੈ, ਜਿਵੇਂ ਕਿ ਸਪੋਰਟਸ SC ਦੀ ਵਿੱਚ 3 ਬੱਚਿਆਂ ਦੇ ਨਾਮ ਹਨ, ਇਸ ਤੋਂ ਬਿਨਾਂ ਫਰੀਡਮ ਫਾਈਟਰ ਦੀ ਕੈਟੇਗਰੀ ਦੇ ਵਿੱਚ 28 ਬੱਚਿਆਂ ਦੇ ਨਾਮ ਆ ਰਹੇ ਹਨ। ਇਸ ਤੋਂ ਬਿਨਾਂ ਦੋਸਤੋ ਜਿਹੜੀ ਓਪਨ ਲਿਸਟ ਹੈ ਉਸ ਦੇ ਵਿੱਚ ਪਹਿਲਾਂ ਕਈ ਜਣਿਆਂ ਨੇ ਕਿਹਾ ਸੀ ਕਿ ਓਪਨ ਲਿਸਟ ਸਿਰਫ ਜਨਰਲ ਦੀ ਹੀ ਆਵੇਗੀ ਜਾਂ ਫਿਰ ਓਪਨ ਦੇ ਵਿੱਚ SC BC ਨਹੀਂ ਆਉਣਗੇ। ਦੋਸਤੋ, ਇਹਨਾਂ ਨੇ ਓਪਨ ਲਿਸਟ ਜਿਹੜੀ ਪਾਈ ਹੈ ਉਸ ਦੇ ਵਿੱਚ ਇਹ ਸਾਫ਼ ਤੌਰ 'ਤੇ ਦੱਸ ਦਿੱਤਾ ਕਿ ਆਹ ਦੇਖੋ ਦੋਸਤੋ, ਕੈਟੇਗਰੀ open/unreserved ਅਨਰਿਜ਼ਰਵਡ ਮਤਲਬ ਕਿ ਜਿਹੜੇ 102 ਕੈਟੇਗਰੀ ਮਤਲਬ SC BC ਜਾਂ ਜਨਰਲ ਕੋਈ ਵੀ ਕੈਟੇਗਰੀ ਦੇ ਹੋਣ ਉਹ ਉੱਪਰਲੀ ਲਿਸਟ ਦੇ ਵਿੱਚ ਆਉਣਗੇ, ਨਾ ਕਿ ਸਿਰਫ ਜਨਰਲ। ਜਿਹੜੀ ਜਨਰਲ ਦੀ ਲਿਸਟ ਹੈ ਦੋਸਤੋ, ਕਿਹਾ ਜਾਂਦਾ ਕਿ ਜਨਰਲ ਦੀ ਲਿਸਟ ਹੈ ਉਸ ਦੇ ਵਿੱਚ ਇਕੱਲੇ ਜਨਰਲ ਨਹੀਂ, ਅਸਲ ਦੇ ਵਿੱਚ ਉਹ ਇੱਕ ਓਪਨ ਲਿਸਟ ਹੈ, ਉਸ ਦੇ ਵਿੱਚ ਸਾਰੇ ਦੇ ਸਾਰੇ ਕੈਂਡੀਡੇਟਸ ਆਉਣਗੇ, ਚਾਹੇ ਉਹ SC ਨੇ ਚਾਹੇ BC ਨੇ, ਮਤਲਬ ਕਿ ਇੱਕ ਓਪਨ ਲਿਸਟ ਹੈ ਦੋਸਤੋ। ਅਤੇ ਦੋਸਤੋ, ਇਸ ਦੇ ਵਿੱਚ ਕਈਆਂ ਦੀ ਰੈਂਕ ਜਿਵੇਂ ਕਿ ਕਈਆਂ ਦੀ ਰੈਂਕ 200 ਸੀਗੀ, ਇਸ ਦੇ ਵਿੱਚ ਹੋ ਸਕਦਾ ਉਹਨਾਂ ਦੀ ਰੈਂਕ 196 ਹੋ ਚੁੱਕੀ ਹੋਵੇ, ਕਿਉਂਕਿ ਕਈਆਂ ਨੇ
ਕੌਂਸਲਿੰਗ ਦੇ ਵਿੱਚ ਐਬਸੈਂਟ ਸਨ ਜਾਂ ਕਈਆਂ ਦੇ ਜਿਹੜੀ ਕੌਂਸਲਿੰਗ ਦੇ ਵਿੱਚ ਡਾਕੂਮੈਂਟ ਸਨ ਉਹ ਪੂਰੇ ਨਹੀਂ ਪਾਏ ਗਏ। ਠੀਕ ਹੈ ਦੋਸਤੋ, ਇਹ ਸੀਗੀ ਗੱਲ ਜਿਹੜੀ ਕਿ ਕਲਰਕ 04/2016 ਦੇ ਵਿੱਚ ਜਿਹੜਾ ਕਿ ਉਹਨਾਂ ਨੇ ਲਿਸਟ ਪਾਈ ਹੈ ਕਿ ਕੈਟੇਗਰੀ ਵਾਈਜ਼ ਕਿਹੜੇ ਕਿਹੜੇ ਐਲੀਜੀਬਲ ਹਨ ਇਸ ਪੋਸਟ ਦੇ ਲਈ। ਦੋਸਤੋ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੂਨੀਅਰ ਸਕੇਲ ਸਟੈਨੋਗ੍ਰਾਫਰ ਅਤੇ ਸਟੈਨੋਟਾਈਪਿਸਟ ਦੀ। ਜਿਹੜੀ ਸਟੈਨੋਟਾਈਪਿਸਟ ਨੇ ਦੋਸਤੋ, ਇਹਨਾਂ ਦਾ ਪ੍ਰੋਸੈਸ ਇਸ ਤੋਂ ਕੁਝ ਅੱਗੇ ਚੱਲ ਰਿਹਾ ਹੈ, ਜਿਹੜਾ ਕਿ ਕਲਰਕ 04/2016 ਤੋਂ। ਇਹ ਵੀ ਦੋਸਤੋ 04/2016 ਦੀ ਹੀ ਪੋਸਟ ਹੈ ਇਸ ਦੇ ਵਿੱਚ, ਜਿਹੜੀ ਕਿ ਸਟੈਨੋਟਾਈਪਿਸਟ ਦੀ ਹੈ। ਇਸ ਦੇ ਵਿੱਚ ਦੋਸਤੋ ਸਾਰੇ ਦੀ ਸਾਰੀ ਜਿਹੜੀ ਲਿਸਟ ਸੀ ਉਹ ਪਹਿਲਾਂ ਪਾ ਦਿੱਤੀ ਗਈ ਸੀ, ਹੁਣ ਇਹਨਾਂ 'ਤੇ ਡਿਪਾਰਟਮੈਂਟ ਲਿਸਟ ਆਉਣੀ ਹੈ ਦੋਸਤੋ। ਉਹਨਾਂ ਨੂੰ ਦੁਬਾਰਾ ਕੌਂਸਲਿੰਗ ਦੇ ਲਈ ਬੁਲਾਇਆ ਗਿਆ 18, 19, 20 ਅਤੇ 22 ਤਰੀਕ ਨੂੰ ਇਹਨਾਂ ਨੂੰ ਤਰੀਕਾਂ ਦਿੱਤੀਆਂ ਹਨ। ਇਹਨਾਂ ਤਰੀਕਾਂ ਦੇ ਵਿੱਚ ਇਹਨਾਂ ਨੇ ਕੌਂਸਲਿੰਗ 'ਤੇ ਜਾ ਕੇ ਉੱਥੇ ਆਪਣੇ ਵਿਭਾਗ ਦੀ ਵੰਡ ਕਰ ਮਤਲਬ ਆਪਣੇ ਵਿਭਾਗ ਦੇ ਬਾਰੇ ਦੱਸਣਾ ਕਿ ਉਹ ਕਿਹੜਾ ਵਿਭਾਗ ਲੈਣਾ ਚਾਹੁੰਦੇ ਹਨ। ਜਿਨ੍ਹਾਂ ਦੇ ਉੱਪਰ ਰੈਂਕ ਹੋਵੇਗੀ ਉਹਨਾਂ ਨੂੰ ਆਪਸ਼ਨ ਹੋਵੇਗੀ ਕਿ ਕੋਈ ਵੀ ਵਿਭਾਗ ਲੈ ਸਕਦੇ ਹਨ। ਜਿਉਂ ਹੀ ਨੀਚੇ ਨੀਚੇ ਰੈਂਕ ਹੁੰਦੀ ਜਾਵੇਗੀ ਆਪਸ਼ਨਸ ਵੀ ਖਤਮ ਹੁੰਦੀਆਂ ਜਾਣਗੀਆਂ ਦੋਸਤੋ। ਇਸ ਕਰਕੇ ਤੁਸੀਂ ਜਿਹੜੀ ਇਹ ਕੌਂਸਲਿੰਗ ਹੋਵੇਗੀ ਉਸ ਦੇ ਵਿੱਚ ਆਪਣਾ ਵਿਭਾਗ ਸੋਚ ਕੇ ਜਾਣਾ, ਤਾਂ ਹੋ ਸਕਦਾ ਕਲਰਕ 04/2016 ਦੇ ਲਈ ਵੀ ਇਸੇ ਤਰ੍ਹਾਂ ਡਿਪਾਰਟਮੈਂਟ ਲਿਸਟ ਦੀ ਚੋਣ ਕੀਤੀ ਜਾਵੇ। ਮਤਲਬ ਕਿ ਜਿਹੜੇ ਉਮੀਦਵਾਰ ਹਨ ਉਹਨਾਂ ਤੋਂ ਪੁੱਛਿਆ ਜਾਵੇ ਕਿ ਕਿਹੜੀ ਡਿਪਾਰਟਮੈਂਟ ਤੁਸੀਂ ਲੈਣਾ ਚਾਹੁੰਦੇ ਹੋ। ਦੋਸਤ, ਇੱਕ ਹੋਰ ਗੱਲ ਕਲੀਅਰ ਹੁੰਦੀ ਹੈ ਇੱਥੋਂ ਕਿ ਜਿਹੜੇ ਕਹਿੰਦੇ ਸਨ ਕਿ ਚੋਣ ਜਾਬਤਾ ਲੱਗ ਜਾਵੇਗਾ ਉਸ ਤੋਂ ਬਾਅਦ ਕੋਈ ਪ੍ਰੋਸੈਸ ਨਹੀਂ ਚੱਲੇਗਾ, ਦੋਸਤੋ ਇਹ ਗੱਲ ਨਹੀਂ ਹੈ। ਹੁਣ ਦੇਖੋ ਚੋਣ ਜਾਬਤਾ ਸ਼ੁਰੂ ਹੋ ਚੁੱਕਿਆ ਪੰਜਾਬ ਦੇ ਵਿੱਚ, ਲਗਭਗ ਸਾਰੀ ਇੰਡੀਆ ਦੇ ਵਿੱਚ ਚੋਣ ਜਾਬਤਾ ਸ਼ੁਰੂ ਹੋ ਚੁੱਕਿਆ, ਪਰ ਫਿਰ ਵੀ ਇਹ ਜਿਹੜਾ ਕੌਂਸਲਿੰਗ ਹੈ ਉਹ ਹੋ ਰਹੀ ਹੈ ਦੋਸਤੋ। ਇਸ ਕਰਕੇ ਜਿਹੜਾ ਕਲਰਕ ਦੀ ਕੌਂਸਲਿੰਗ ਹੈ ਉਹ ਵੀ ਜ਼ਰੂਰ ਇਸ ਦੇ ਦੌਰਾਨ ਹੋ ਸਕਦੀ ਹੈ, ਇਸ ਦੇ ਵਿੱਚ ਕੋਈ ਦੁਹਰਾਈ ਨਹੀਂ ਦੋਸਤੋ। ਇਸ ਲਿਸਟ ਦੇ ਵਿੱਚ ਜਿਹੜਾ ਇਹਨਾਂ ਨੇ ਦੱਸਿਆ ਕਿ ਕੌਂਸਲਿੰਗ ਦੇ ਵਿੱਚ ਇਹ ਜਿਹੜੇ ਜੂਨੀਅਰ ਸੇਲਸ ਜਿਹੜੇ ਕਿ ਟਾਈਪਿਸਟ ਹਨ ਸਟੈਨੋਟਾਈਪਿਸਟ, ਉਹਨਾਂ ਨੂੰ ਇਹਨਾਂ ਇਹ ਕੌਂਸਲਿੰਗ ਦੇ ਉੱਤੇ ਆਉਣਾ ਜ਼ਰੂਰੀ ਹੈ। ਇਸ ਤੋਂ ਬਾਅਦ ਉਹਨਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ ਦੋਸਤੋ। ਇਸੇ ਤਰ੍ਹਾਂ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੇ ਲਈ ਵੀ ਜਿਹੜੀ 9 ਪੋਸਟਾਂ ਦੀ ਚੋਣ ਹੈ ਉਹਨਾਂ ਨੂੰ ਵੀ 25 ਤਰੀਕ ਨੂੰ ਬੁਲਾਇਆ ਗਿਆ ਹੈ, ਅਤੇ ਉਹਨਾਂ ਨੂੰ ਵੀ ਇਹਨਾਂ 25 ਤਰੀਕ ਨੂੰ ਆਉਣਾ ਜ਼ਰੂਰੀ ਹੈ, ਨਹੀਂ ਤਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਡਿਪਾਰਟਮੈਂਟ ਦੇ ਵਿੱਚ ਚੋਣ ਹੈ ਉਹ ਰੱਦ ਕਰ ਦਿੱਤੀ ਜਾਵੇਗੀ, ਅਤੇ ਉਹਨਾਂ ਦੀ ਸੀਟ ਵੀ ਕੈਂਸਲ ਕਰ ਦਿੱਤੀ ਜਾ ਸਕਦੀ ਹੈ ਦੋਸਤੋ। ਇਸ ਕਰਕੇ ਤਿੰਨ ਦੀਆਂ ਤਿੰਨੇ ਨੋਟੀਫਿਕੇਸ਼ਨਸ ਬਹੁਤ ਇੰਪੋਰਟੈਂਟ ਹਨ। ਇਸ ਦੀ ਜਿਹੜੇ ਲਿੰਕ ਨੇ ਉਹ ਆਪਣੀ ਵੀਡੀਓ ਦੀ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਪਾ ਦੇਵਾਂਗਾ, ਤੁਸੀਂ ਉੱਥੋਂ ਆਪਣਾ ਨਾਮ ਚੈੱਕ ਕਰ ਸਕਦੇ ਹੋ ਇਸ ਇਹਨਾਂ ਲਿਸਟਾਂ ਦੇ ਲਈ। ਦੋਸਤੋ, ਉਮੀਦ ਹੈ ਕਿ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੋਵੇਗੀ, ਅਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ, ਅਤੇ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਦੋਸਤੋ। ਸੋ ਸਤਿ ਸ਼੍ਰੀ ਅਕਾਲ ਦੋਸਤੋ।